ਡਾਕਟਰ ਸੋਨੀਆ ਕ੍ਰਿਸਚਨ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਦੀ ਅਗਲੀ ਸਥਾਈ ਚਾਂਸਲਰ ਹੋਣਗੇ ਉਹ ਪਹਿਲੀ ਦੱਖਣ ਏਸ਼ੀਅਨ ਮੂਲ ਦੀ ਔਰਤ ਨੇ ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਅਮਰੀਕਾ ਚ ਉੱਚ ਸਿੱਖਿਆ ਦਾ ਸਭ ਤੋਂ ਵੱਡਾ ਸਿਸਟਮ ਹੈ ਜੋ 73 ਜ਼ਿਲ੍ਹਿਆਂ ਤੇ 116 ਕਾਲਜੇਜ਼ ਉੱਪਰ ਆਧਾਰਿਤ ਹੈ ਡਾਕਟਰ ਕ੍ਰਿਸਟੀਅਨ ਜੋ ਕਾਲਜ ਸਿਸਟਮ ਦੀ 11ਵੀਂ ਸਥਾਈ ਚਾਂਸਲਰ ਹੋਣਗੇ ਦੀ ਚੋਣ ਕੈਲੀਫੋਰਨੀਆ ਕਮਿਊਨਿਟੀ ਕਾਲਜੇਜ਼ ਬੋਰਡ ਆਫ ਗਵਰਨਰਨਸ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ ਹੈ ਉਹਨਾਂ ਨੇ ਆਪਣੀ ਬੀਐਸਸੀ ਦੀ ਡਿਗਰੀ ਯੂਨੀਵਰਸਿਟੀ ਆਫ ਕੇਰਲਾ ਤੋਂ ਲਈ ਸੀ